ਜਿਵੇਂ ਉਦੋਂ ਆਪਣੇ ਅੰਮ੍ਰਿਤਪਾਲ ਵੇਲੇ ਬੁਲਾਈਆਂ ਸੀਗੀਆਂ, ਠੀਕ ਹੈ ਉਹ ਤੇਰਾ ਸਾਡੇ ਤੇ ਵੀ NSA ਲਾਉਣ ਦਾ ਇਰਾਦਾ ਲਾ ਦੇ, ਕਸਰ ਨਾ ਰਹੇ ਜਿੰਨੇ ਤੂੰ ਚੁੱਭਦੇ ਆ ਰੜਕਦੇ ਆ, ਕੋਈ ਪੱਤਰਕਾਰ ਆ ਕੋਈ ਹੋਰ ਆ ਬੋਲਣ ਵਾਲਾ ਬੰਦਾ, NSA ਲਾ ਡਿਬਰੂਗੜ੍ਹ ਸਿੱਟਦੇ ਜਾ ਕੇ, ਕੋਈ ਬੰਦਾ ਸਟੇਜਾਂ ਦੇ ਉੱਤੇ ਚਾਹ ਕਿੰਨਾ ਤੈਨੂੰ ਵੀ ਮੇਰੇ ਘਰੇ ਪਰਿਵਾਰ ਦੇ ਵਿੱਚ ਨਵਾਂ ਜੀ ਆਉਣ ਵਾਲਾ, ਤੇ ਆਹ ਕਿਸੇ ਦੀਆਂ ਭੈਣਾਂ ਨੀ ਆ ਕਿਸੇ ਦੀਆਂ ਕੁੜੀਆਂ ਨੀ ਜਿਹਨਾਂ ਦੇ ਅੱਜ ਤੂੰ ਜ਼ੁਲਮ ਢਾ ਰਿਹਾ, ਉਹ ਵੀ 307 ਦਾ ਇਰਾਦਾ ਕਤਲ ਦਾ ਪਰਚਾ, ਖਾਸ ਅਪੀਲ ਆ ਪੰਜਾਬ ਦੇ ਲੋਕੋ ਜੇ ਅੱਜ ਡਰ ਗਏ ਨਾ ਬਾਈ ਤਾਂ ਯਾਦ ਰੱਖੋ ਮੇਰਾ ਭਰਾ ਹੱਥ ਬੰਨਦਾ ਤੁਹਾਡੇ ਅੱਗੇ, ਦੇਖਿਓ ਜੇ ਅੱਜ ਤੁਸੀਂ ਚੁੱਪ ਕਰਕੇ ਘਰਾਂ ਚ ਬਹਿ ਗਏ ਡਰ ਗਏ ਦਬ ਗਏ ਨਾ ਨਿਕਲੇ ਨਾ ਵਿਰੋਧ ਕੀਤਾ, ਆਉਣਾ ਕੇਜਰੀਵਾਲ ਨੇ ਇੱਕ ਦੋ ਦਿਨਾਂ ਨੂੰ ਇੱਥੇ, ਉਹਨੂੰ ਡਟ ਕੇ ਉਹਦਾ ਡਟ ਕੇ ਵਿਰੋਧ ਕਰਨਾ, ਭਗਵੰਤਿਆਂ ਜੇ ਕੋਈ ਕਸਰ ਬਾਕੀ ਰਹੇਗੀ ਤਾਂ ਉਹ ਵੀ ਪੂਰੀ ਕਰ ਲਾ, ਤੈਨੂੰ ਉਸ ਦਿਨ ਹੀ ਕਿਹਾ ਸੀ, ਮੇਰੇ ਨਾਲ ਭੈਣਾਂ ਬੈਠੀਆਂ ਨੇ ਪਿਛਲੇ ਪਾਸੇ, ਭਰਾ ਖੜਾ ਇੱਧਰ, ਬਾਪੂ ਬੈਠਾ, ਸਰਪੰਚ ਬੈਠਾ, ਸਾਰੀ ਉਹ ਪੰਚਾਇਤ ਬੈਠੀ ਹੈ, ਸਾਰੇ ਇੱਕ ਥਾਂ ਹੀ ਬੈਠੇ ਆ, ਜਿਹੜਾ ਮੁਕੱਦਮਾ 307 ਦਾ ਇਰਾਦਾ ਕਤਲ ਦਾ ਵੀ ਕਤਲ ਕਰਨ ਦੇ ਇਰਾਦੇ ਨਾਲ ਉੱਥੇ ਪੁਲਿਸ ਨਾਲ ਆਹ ਕਰਤਾ ਪੁਲਿਸ ਨਾਲ ਉਹ ਕਰਤਾ, ਗੱਡੀਆਂ ਦੀ ਭੰਨ ਤੋੜ ਕਰਤੀ ਜੀ, ਜੋ ਤੁਸੀਂ ਕੀਤਾ 18 ਨੰਬਰ ਮੁਕੱਦਮਾ ਧਰੌਲੇ ਥਾਣੇ 'ਚ ਦਰਜ ਕੀਤਾ, ਸੋ ਆ ਜਾ ਜੇ ਹਲੇ ਵੀ ਤੇਰਾ ਢਿੱਡ ਨਹੀਂ ਭਰਿਆ ਭਾਨੇ ਨੂੰ ਅੰਦਰ ਰੱਖ ਕੇ ਭਾਨੇ ਨੂੰ ਕਟਾ ਕੇ ਜਲੀਲ ਕਰਾ ਕੇ ਵੀਡੀਓ ਉਹਦੀਆਂ ਦੇਖ ਕੇ ਬਣਾ ਕੇ ਹਲੇ ਵੀ ਤੇਰਾ ਨਹੀਂ ਸਬਰ ਭਰਿਆ, ਇੱਕ ਪਾਸੇ ਤੇਰੀ ਪੁਲਿਸ ਤੇਰਾ DGP ਅਰਪਿਤ ਸ਼ੁਕਲਾ ਤੇਰਾ ADGP ਜਸਕਰਨ ਸਿੰਘ DIG ਭੁੱਲਰ ADGP ਗੁਰਿੰਦਰ ਢਿੱਲੋਂ ਤੇਰੇ 4 ਅਫਸਰ ਦਸਤਖਤ ਕਰਕੇ 3 ਤਰੀਕ ਨੂੰ ਲਿਖਤੀ ਸਮਝੌਤਾ ਦੇ ਕੇ ਜਾਂਦੇ ਆ, ਬੋਲ ਕੇ ਜਾਂਦੇ ਆ ਬਹੁਤ ਵੱਡੇ ਇਕੱਠ ਦੇ ਵਿੱਚ ਕਿ 10 ਤਰੀਕ ਤੱਕ ਅਸੀਂ ਭਾਨੇ ਨੂੰ ਬਾਹਰ ਲੈ ਕੱਢ ਦਿਆਂਗੇ, ਪਰ ਉਸੇ 3 ਤਰੀਕ ਨੂੰ ਹੱਥ ਨੇ 5:30 ਦਾ ਸਮਾਂ ਹੁੰਦਾ ਤੇ ਸਾਡੇ ਸਾਰਿਆਂ ਦੇ ਉੱਤੇ ਮੁਕੱਦਮਾ, ਵਿੱਚ ਲੱਖਾ ਸਿਧਾਣਾ, ਵਿੱਚ ਭਾਨੇ ਸਿੱਧੂ ਦੀਆਂ ਦੋਨੇ ਭੈਣਾਂ, ਵਿੱਚ ਭਾਨੇ ਸਿੱਧੂ ਦਾ ਬਾਪੂ, ਭਾਨੇ ਦਾ ਭਰਾ, ਭਾਨੇ ਦੇ ਪਿੰਡ ਦਾ ਸਰਪੰਚ, ਭਾਨੇ ਦੇ ਪਿੰਡ ਦੀ ਪੰਚਾਇਤ, ਜਿੰਨੇ ਬੰਦੇ ਵੀ ਲੱਗੇ ਹੋਏ ਸੀਗੇ ਪਿੰਡ ਕੋਟ ਦੁਨੇ ਤੋਂ ਲੈ ਕੇ ਜਾਂ ਹੋਰ ਪਿੰਡਾਂ ਚੋਂ, ਸਾਰਿਆਂ ਦੇ ਉੱਤੇ ਵਾਏ ਨੇਮ 307 ਤੇ ਹੋਰ 11 ਧਰਾਵਾਂ ਲਾ ਕੇ ਮੁਕੱਦਮਾ ਜਿਹੜਾ ਉਹ ਤੁਸੀਂ ਦਰਜ ਕੀਤਾ ਥਾਣੇ ਧਨੌਲੇ ਚ, ਪਰ ਇੱਕ ਤੂੰ ਬਹੁਤ ਵੱਡਾ ਵਹਿਮ ਪਾਲੀ ਬੈਠਾ, ਇਹ ਮੈਂ ਪਹਿਲੇ ਦਿਨ ਤੋਂ ਗੱਲ ਕਹਿੰਦਾ ਆ ਰਿਹਾ, ਇਹ ਜੇ ਤੂੰ ਨਹੀਂ ਪੜਿਆ ਤਾਂ ਪੜ ਲਈ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੜਦਾ ਸੀ ਦੂਣ ਸਵਾਏ ਹੋਏ, ਇਹ ਤੇਰੇ ਪਰਚਿਆਂ ਦੇ ਨਾਲ ਅਸੀਂ ਦੱਬਣ ਵਾਲੀ ਨਹੀਂ ਆ, ਇਹ ਜਿਹੜੀ ਤੂੰ ਰਾਜਨੀਤੀ ਖੇਡ ਰਿਹਾ ਨਾ ਕਿ ਪਰਚਿਆਂ ਦੀ ਰਾਜਨੀਤੀ ਪਾ ਕੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਤੂੰ ਆਵਾਜ਼ ਬੰਦ ਕਰ ਦੇਗਾ, ਇਹ ਹੋਣਾ ਨਹੀਂ, ਇਹ ਜੇ ਤੈਨੂੰ ਪੰਜਾਬ ਦਾ ਇਤਿਹਾਸ ਪੜ੍ਹ ਕੇ ਨਹੀਂ ਪਤਾ ਲੱਗਿਆ ਤੇ ਫਿਰ ਤੈਨੂੰ ਪਤਾ ਨਹੀਂ ਲੱਗਣਾ, ਤੂੰ ਅੰਨਾ ਹੋ ਗਿਆ, ਅਸਲ ਤਾਕਤ ਇੰਨੀ ਤੇਰੇ ਕੋਲ ਆ ਗਈ, ਪਾਵਰ ਦੇ ਨਸ਼ੇ 'ਚ ਅੰਨਾ ਹੋ ਗਿਆ, ਦਿਖਦੀ ਕੱਖ ਨਹੀਂ ਤੈਨੂੰ ਯਾਰ, ਆਹ ਕੋਈ ਦਲੀਲ ਆ ਯਾਰ, ਇਹ ਕੁੜੀ ਵਿਚਾਰੀ ਸਰਕਾਰੀ ਸਕੂਲ ਦੇ ਵਿੱਚ ਪ੍ਰਾਇਮਰੀ ਸਰਕਾਰੀ, ਇਹ ਉਸ ਦਿਨ ਮੌਕੇ ਦੇ ਉੱਤੇ ਡਿਊਟੀ ਤੇ ਹਾਜ਼ਰ ਆ, ਸਕੂਲ 'ਚ ਪੜ੍ਹਾਉਣ ਗਈ ਆ 3 ਤਰੀਕ ਨੂੰ, ਇਹਦੀ ਹਾਜ਼ਰੀ ਲੱਗੀ ਹੋਈ ਆ ਰਜਿਸਟਰ ਦੇ ਉੱਤੇ ਬਕਾਇਦਾ ਤੌਰ ਤੇ ਸਕੂਲ 'ਚ, ਤੇ ਤੁਸੀਂ ਇਹਤੇ ਵੀ ਚੱਕ ਕੇ ਪਰਚਾ ਦੇਤਾ, ਇੱਕ ਭੈਣ ਘਰੇ ਆਉਂਦੇ ਵੀ ਪਰਚਾ ਦੇਤਾ, ਬਾਪੂ ਘਰੇ ਆਉਂਦੇ ਵੀ ਪਰਚਾ ਦੇਤਾ, ਸਾਡੇ ਤੇ ਦੇ ਦਿੰਦਾ ਤੈਨੂੰ ਪਤਾ ਸਾਡੀ ਆਵਾਜ਼ ਦੱਬਣ ਨੂੰ, ਸਾਡੇ ਦੇਣ ਦਾ ਕੋਈ ਗੱਲ ਨਹੀਂ, ਪਰ ਯਾਰ ਤੂੰ ਇੱਥੋਂ ਤੱਕ ਆ ਜਾਏਗਾ, ਅਸੀਂ ਸੁਣਦੇ ਰਹੇ ਹਾਂ ਵੀ ਕਿਵੇਂ ਜ਼ਕਰੀਆ ਖਾਨ ਵਰਗੇ, ਕਿਵੇਂ ਅਬਦਾਲੀ ਵਰਗੇ, ਮੱਸੇ ਰੰਗੜ ਵਰਗੇ
ਸਾਡੀਆਂ ਧੀਆਂ ਭੈਣਾਂ ਨੂੰ ਚੱਕ ਕੇ ਲੈ ਜਾਂਦੇ ਸੀ। ਕਿਵੇਂ ਬੇਅੰਤ ਤੇ ਬੁੱਚੜ ਵਰਗਿਆਂ ਨੇ ਸਾਡੀਆਂ ਧੀਆਂ ਭੈਣਾਂ ਥਾਣਾ 'ਚ ਰੋਲੀਆਂ ਸੀ, ਨੰਗੀਆਂ ਕਰ ਕਰਕੇ ਬੇਪੱਤੀਆਂ ਕੀਤੀਆਂ ਸੀ, ਉਹੀ ਰਾਹ ਤੂੰ ਫੜ ਲਿਆ। ਕਿਹੜੀ ਗੱਲੋਂ ਜਕਰੀਏ ਖਾਨ ਤੇ ਮੱਸੇ ਰੰਗੜ ਦੇ ਬੇਅੰਤ ਤੇ ਬੁੱਚੜ ਨਾਲੋਂ ਘੱਟ ਆ, ਤੂੰ ਦੱਸ ਯਾਰ। ਇੱਕ ਬੰਦੇ ਨੇ ਮਗਰ ਤੋਂ ਇੰਨਾ ਹੱਥ ਧੋ ਕੇ ਪੈ ਗਿਆ ਵੀ ਉਹਦੇ ਪਰਿਵਾਰ ਨੂੰ ਵੀ ਮਾਰਨ ਤੇ ਆ ਗਿਆ ਯਾਰ। ਇਸ ਕਰਕੇ ਤੈਨੂੰ 92 ਬੰਦੇ 'ਚ ਤਾਂ ਕੇ ਭੇਜਿਆ ਪੰਜਾਬ ਦੇ ਲੋਕਾਂ ਨੂੰ। ਸੋ ਜੇ ਯਾਰ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦਾ ਬਾਈ, ਜੇ ਰਾਜਾ ਦੀ ਪਰਜਾ ਤੇ ਜ਼ੁਲਮ ਕਰਨ ਲੱਗ ਜੇ ਇਨਸਾਫ ਲੈਣ ਕੋਈ ਕਿੱਥੇ ਜਾਊਗਾ? ਪਰ ਰਾਜੇ ਦੇ ਖਿਲਾਫ ਬਗਾਵਤਾਂ ਵੀ ਹੁੰਦੀਆਂ ਤੇ ਸਾਡਾ ਖੂਨ ਵੀ ਵਗੀ ਆ, ਉਹੀ ਖੂਨ ਰਗਾਂ ਸਾਡੇ ਚੱਲਦਾ ਉਹਨਾਂ ਯੋਧਿਆਂ ਦਾ। ਜੇ ਤੇਰੇ ਦਿਮਾਗ 'ਚ ਆ ਵੀ ਮੈਂ ਐਂ ਦੱਬ ਲੂੰ, ਇਹਦਾ ਤੂੰ ਪੱਤਾ ਹੀ ਪਾੜ ਦੇ। ਪਰਚੇ ਅਸੀਂ ਤਿਆਰ ਹਾਂ, ਸੱਟ ਜ਼ਿਲ੍ਹਾ ਅਸੀਂ ਤਿਆਰ, ਮਰਵਾ ਦੇ। ਸਿਵਿਆਂ 'ਚ ਪਏ ਵੀ ਆ ਕੇ ਬੋਲਾਂਗੇ, ਸਿਵਿਆਂ 'ਚ ਪਿਆਂ ਦੀ ਵੀ ਆਵਾਜ਼ ਗੂੰਜੂਗੀ ਜੇ ਤੇਰੇ ਦਿਮਾਗ 'ਚ ਗਲਤ ਫਹਿਮੀਆਂ ਕੱਢ ਦੇ। ਇਹ ਸਦਾ ਨਹੀਂ ਰਹਿੰਦੀਆਂ ਹੁੰਦੀਆਂ, ਇਹ ਪਾਵਰਾਂ ਪੂਵਰਾਂ ਤਾਕਤਾਂ ਸਦਾ ਨਹੀਂ ਰਹਿੰਦੀਆਂ ਹੁੰਦੀਆਂ। ਹੱਦ ਹੋ ਗਈ ਯਾਰ ਥੁੱਕ ਕੇ ਚੱਟਣ ਵਾਲੀ ਗੱਲ, ਤੁਸੀਂ ਆਏ ਖੜੇ ਹੋ। ਬਿਲਕੁਲ ਵਿੱਚ ਬੰਦੇ ਕਹਿੰਦੇ ਸੀਗੇ ਸਾਨੂੰ ਹਲੇ ਯਕੀਨ ਸੀਗਾ, 10 ਤਰੀਕ ਦਾ ਸਮਾਂ ਤੁਸੀਂ ਦਿੱਤਾ, ਅਸੀਂ 10 ਤੱਕ ਬਿਲਕੁਲ ਚੁੱਪ ਆ ਵੀ ਕੋਈ ਗੱਲ ਨੀ, ਤੁਸੀਂ ਛੱਡੋ ਬੰਦਾ ਸਾਡਾ। ਤੁਸੀਂ ਸਮਾਂ ਲੈ ਕੇ ਗਏ ਆ, ਅਸੀਂ ਤੁਹਾਡੇ ਭਰੋਸੇ ਦੇ ਉੱਤੇ, ਤੁਹਾਡੇ ਵੱਡੇ ਅਫਸਰਾਂ ਦੇ ਭਰੋਸੇ ਦੇ ਉੱਤੇ ਸਮਾਂ ਦਿੱਤਾ 10 ਤਰੀਕ ਦਾ, ਵੀ 10 ਤਰੀਕ ਤੱਕ ਅਸੀਂ ਭਾਨੇ ਦੇ ਪਰਚੇ ਚਾਰਜ ਕਰਕੇ ਉਹਨੂੰ ਬਾਹਰ ਕੱਢ ਦਿਆਂਗੇ। ਪਰ ਜੇ ਨਹੀਂ ਉਦੋਂ ਪਹਿਲਾਂ ਹੀ ਸ਼ੁਰੂ ਕਰਤਾ ਕੰਮ, ਜਾਣੇ ਬਿਆਨਤਬੰਦੀ ਤੁਹਾਡੀ ਪਹਿਲਾਂ ਹੀ ਸੀਗੀ, ਇਹ 3 ਤੋਂ ਹੀ ਸੀਗੀ, ਉਦੋਂ ਵੀ ਪਹਿਲਾਂ ਦੀ ਬਣੀ ਸੀ ਵੀ ਕਿਸੇ ਵੀ ਤਰੀਕੇ ਨਾਲ ਇਹ ਬੰਦੇ ਬਾਹਰ ਨਹੀਂ ਨਿਕਲਣ ਦੇਣੇ, ਭਾਨਾ ਬਾਹਰ ਨਹੀਂ ਆਉਣ ਦੇਣਾ। ਜਿਹੜਾ ਲਾਂਬੂ ਤੂੰ ਲਾ ਰਿਹਾ ਪੰਜਾਬ 'ਚ, ਅੱਗ ਜਿਹੜੀ ਤੂੰ ਲਾ ਰਿਹਾ, ਜਿਹੜੀ ਭੱਠੀ ਦੇ ਵਿੱਚ ਤੂੰ ਝੋਕ ਰਿਹਾ ਪੰਜਾਬ ਦੀ ਜਵਾਨੀ ਨੂੰ ਬਲ ਦੇ ਬੂਥੇ ਦੇ ਰਿਹਾ ਤੇ ਸ਼ਿਕਾਰ ਖੇਡਣ ਲਈ ਤੂੰ ਤਿਆਰੀਆਂ ਕਰ ਰਿਹਾ ਸੈਂਟਰ ਨਾਲ ਮਿਲ ਕੇ, ਐਂ ਨਹੀਂ ਪਤਾ ਕੱਲ੍ਹ ਨੂੰ ਫੋਰਸਾਂ ਮੰਗਾ ਲਈਆਂ ਇੱਥੇ ਜਿਵੇਂ ਉਦੋਂ ਆਪਣੇ ਅੰਮ੍ਰਿਤਪਾਲ ਵੇਲੇ ਬੁਲਾਈਆਂ ਸੀਗੀਆਂ। ਠੀਕ ਆ, ਉਹ ਤੇਰਾ ਸਾਡੇ ਤੇ ਵੀ NSA ਲਾਉਣ ਦਾ ਇਰਾਦਾ ਲਾ ਦੇ, ਕਸਰ ਨਾ ਰਹਿ ਜੇ, ਜਿੰਨੇ ਤੈਨੂੰ ਚੁੱਭਦੇ ਆ, ਰੜਕਦੇ ਆ, ਕੋਈ ਪੱਤਰਕਾਰ ਆ, ਕੋਈ ਹੋਰ ਆ ਬੋਲਣ ਵਾਲਾ ਬੰਦਾ, NSA ਲਾ ਡਿਬਰੂਗੜ੍ਹ ਸਿੱਟ ਦੇ ਚੱਕ ਕੇ, ਕੋਈ ਬੰਦਾ ਨਾ ਛੱਡੀ, ਪਰ ਤੈਨੂੰ ਫੇਰ ਵੀ ਲੋਕ ਜਵਾਬ ਦੇਣਗੇ। ਇੱਥੇ ਦਾ ਨੌਜਵਾਨ ਵੀ, ਇੱਥੋਂ ਦਾ ਜਵਾਕ ਵੀ, ਇੱਥੋਂ ਦਾ ਬਜ਼ੁਰਗ ਵੀ, ਸਾਡੀਆਂ ਮਾਵਾਂ ਵੀ, ਇਹ ਭੁਲੇਖਾ ਨਾ ਰੱਖੀ ਕਿ ਇਹ ਤਾਂ ਬਈ ਅਸੀਂ ਪਰਚਿਆਂ ਦੀ ਰਾਜਨੀਤੀ ਦੱਬ ਲਾਂਗੇ। ਕੋਈ ਗੱਲ ਨੀ, ਅਸੀਂ ਤਿਆਰ ਆ, ਭੇਜ ਆਪਦੀ ਪੁਲਿਸ ਫੋਰਸ, ਅਸੀਂ ਸਾਰੇ ਇਸ ਵੇਲੇ ਇਕੱਠੇ, ਤੈਨੂੰ ਪਾਸਿਆਂ ਸੇ ਰੇਡ ਮਾਰਨ ਦੀ ਲੋੜ ਨੀ ਪੈਣੀ, ਵੀ ਸਿਧਾੜਿਆਂ ਨੂੰ ਭੱਜੇਗਾ, ਕਿਸੇ ਹੋਰ ਪਿੰਡਾਂ ਨੂੰ ਭੱਜੇਗਾ, ਅਸੀਂ ਇੱਥੇ ਹੀ ਬੈਠੇ ਹਾਂ, ਕੋਟ ਦੁੰਨੇ ਭਾਨੇ ਦੇ ਘਰੇ ਬੈਠੇ ਹਾਂ, ਭੈਣਾਂ ਵੀ ਬੈਠੀਆਂ, ਬਾਪੂ ਵੀ ਬੈਠਾ, ਭਰਾ ਵੀ ਬੈਠਾ, ਪੰਚਾਇਤ ਵੀ ਬੈਠੇ, ਜਿੰਨਿਆਂ ਦੇ ਪਰਚੇ ਸਾਰੇ ਬੈਠੇ ਹਾਂ ਅਸੀਂ। ਤੂੰ ਭੇਜ ਦੇ ਸਾਨੂੰ ਚੁਕਾ, ਲਾ ਜਿਹੜੀ ਧਾਰਾ ਤਰੀ ਕੋਈ ਰਹੇਗੀ, ਕਰ ਸੈਂਟਰ ਨਾਲ ਗੱਲ, ਤਿਆਰ ਤਾਂ ਤੂੰ ਹੋ ਹੀ ਬੈਠਾ, ਸ਼ੁਰੂ ਤੋਂ ਤੂੰ ਕੰਮ ਕਰ ਹੀ ਲਿਆ, ਜਿਹੜੇ ਤੂੰ ਟਰੈਕਟਰ ਬਣਾਏ ਆ ਬੁਲਟ ਪਰੂਫ ਟਰੈਕਟਰ, ਗੈਂਗਸਟਰਾਂ ਦਾ ਕਹਿ ਕੇ ਬਹਾਨਾ ਤੁਸੀਂ ਗੋਲੀਆਂ ਮਾਰਨ ਲੱਗ ਗਏ, ਐਨਕਾਊਂਟਰ ਕਰਨ ਲੱਗ ਗਏ, ਸ਼ੁਰੂ ਦਾ ਕੰਮ ਤੁਸੀਂ ਕਰ ਲਿਆ, ਉਹ ਤਾਂ ਮੈਂ ਆਪਦੀ ਜੌਬ ਤੇ ਸੀ, ਬਿਲਕੁਲ ਮੈਂ ਆਪਣੇ ਘਰ ਸੀਗੀ, ਸਹੁਰੇ ਘਰ ਤੋਂ ਮੈਂ ਜੌਬ ਤੇ ਗਈ ਹਾਂ, ਜੌਬ ਤੋਂ ਮੈਂ ਆਪਣੇ ਫਿਰ ਘਰ ਆਈ ਹਾਂ, ਪੂਰਾ ਟਾਈਮ ਮੈਂ ਆਪਣੀ ਜੌਬ ਤੇ ਗਈ ਹਾਂ। ਸ਼ਰਮ ਕਰੋ, ਸ਼ਰਮ ਕਰੋ, ਮਾੜੇ ਮੋਟੇ ਆਟੇ ਦਾ ਆਪਣੇ ਇੱਥੋਂ ਤਾਂ ਲੱਗ ਜਾਂਦਾ ਹੁੰਦਾ ਜੀ, ਉਹੋ ਜਿਹਾ ਪੁਲਿਸ ਵਾਲੇ ਆ, ਹੱਦ ਹੋ ਗਈ ਯਾਰ ਤੁਹਾਡੀ, ਅੰਦਰੋਂ ਮਾੜਾ ਮੋਟਾ ਤਾਂ ਸ਼ਰਮ ਕਰ ਲਓ, ਅੱਖਰ ਚਾਰ ਲਿਖਣ ਵੇਲੇ ਹੀ ਸੋਚ ਲਿਆ ਕਰੋ ਯਾਰ, ਤੁਹਾਡੇ ਘਰੇ ਵੀ ਧੀਆਂ ਭੈਣਾਂ, ਤੁਸੀਂ ਪਰਿਵਾਰਾਂ ਵਾਲੇ ਹੋ ਯਾਰ, ਜਵਾਕ ਜਲੇ ਵਾਲੇ ਹੋ ਯਾਰ, ਇੱਥੋਂ ਤੱਕ ਗਿਰ ਜਾਂਦੇ ਹਾਂ ਆਪਾਂ, ਸਿਰਫ ਫੋਕੀ ਬੱਲੇ ਬੱਲੇ ਦੇ ਵਾਹ ਵਾਹ ਕਰਾਉਣ ਦੇ ਮਾਰੇ, ਆਪਦੇ ਵੱਡੇ ਅਫਸਰਾਂ ਤੋਂ ਤੇ ਸਰਕਾਰ ਤੋਂ ਥਾਪੀਆਂ ਲੈਣ ਦੇ ਮਾਰੇ, ਵੀ ਆਪਾਂ ਕੋਈ ਸੱਚਾ ਝੂਠਾ ਦੇਖਦੇ ਨਹੀਂ,
ਆ ਦੇਖ ਲਓ ਤੁਹਾਡੇ ਸਾਹਮਣੇ ਉਹ ਰੁਲਦੇ ਦੇਖ ਲਓ ਕਿਵੇਂ ਅੱਜ ਜਿਨ੍ਹਾਂ ਨੇ 80-90 ਦੇ ਦੌਰ ਦੇ ਵਿੱਚ ਝੂਠੇ ਮੁਕਾਬਲੇ ਬਣਾ ਬਣਾ ਮਾਰਿਆ ਨਾ ਲੋਕਾਂ ਦਾ ਸ਼ਦਰ ਕੀਤਾ ਉਹਨਾਂ ਦੇ ਪਰਿਵਾਰਾਂ ਦਾ ਹਾਲ ਦੇਖ ਲਓ ਉਹਨਾਂ ਆਪਣਾ ਹਾਲ ਦੇਖ ਲਓ ਕੀ ਹੋਇਆ ਫਿਰਦਾ ਕਿਵੇਂ ਕੰਧਾਂ ਟੱਕਰਾਂ ਮਾਰਦੇ ਫਿਰਦੇ ਨੇ ਕਿਵੇਂ ਪਰਿਵਾਰਾਂ ਦੇ ਪਰਿਵਾਰਾਂ ਦੇ ਤਬਾਹ ਹੋਏ ਨੇ ਇਹ ਦੇਣੀਆਂ ਆਉਂਦੀਆਂ ਬਾਈ ਠੀਕ ਆ ਤੁਹਾਡੇ ਕੋਲ ਪਾਵਰ ਹੈ ਪਰ ਜਿਹੜੀ ਪਾਵਰ ਉੱਪਰ ਬੈਠੀ ਆ ਉਹ ਤੋਂ ਡਰੋ ਉਹਦੀ ਡਾਂਗ ਜਦੋਂ ਪੈਂਦੀ ਆ ਨਾ ਉਹ ਆਵਾਜ਼ ਨਹੀਂ ਕਰਦੀ ਤੇ ਇਨਸਾਫ਼ ਹੋਣਾ ਇੱਥੇ ਹੀ ਹੋਣਾ ਹੁੰਦਾ ਧਰਤੀ ਤੇ ਇੱਥੇ ਹੀ ਹੋਣਾ ਹੁੰਦਾ ਇਸੇ ਜੀਵਨ 'ਚ ਆ ਜ਼ਿੰਦਗੀ 'ਚ ਹੀ ਹੋਣਾ ਹੁੰਦਾ ਯਾਰ ਐਡੀ ਨੇਰ ਕਰਦੀ ਐਡਾ ਧੱਕਾ ਯਾਰ ਇਹਦਾ ਤਾਲੇਵਾਲੀਆਂ ਨੂੰ ਵੀ ਛੱਡ ਗਿਆ ਪਿੱਛੇ ਯਾਰ ਇਹਦਾ ਜਿਵੇਂ ਪਾਕਿਸਤਾਨ ਚੱਲੀ ਜਾਂਦਾ ਚੱਕ ਕੇ ਇਮਰਾਨ ਖਾਨ ਨੂੰ 14-14 ਸਾਲ ਕੈਦ ਕਰਤੀ 3-4 ਕੇਸਾਂ 'ਚ ਉਹਦਾ ਜਿਹੜਾ ਹੁਣ ਵੋਟਾਂ ਨੇ ਕੱਲ੍ਹ ਜਾਂ ਪਰਸੋਂ ਪਾਕਿਸਤਾਨ 'ਚ ਉੱਥੇ ਉਹਦਾ ਜਿਹੜਾ ਸੀਗਾ ਨਿਸ਼ਾਨ ਚੋਣ ਦਾ ਨਿਸ਼ਾਨ ਸੀ ਬੈਟ ਉਹ ਬੈਟ ਵੀ ਖੋਲਿਆ ਉਹਦੇ ਕੋਲੋਂ ਉਦੋਂ ਵੀ ਵੱਡੇ ਧੱਕੇ ਦੇ ਤੂੰ ਤਾਂ ਆਮ ਲੋਕਾਂ ਨਾਲ ਹੀ ਆ ਗਿਆ ਯਾਰ ਇੱਥੇ ਆਹ ਲੋਕਾਂ ਨਾਲ ਹਾਲ ਹੋਣ ਲੱਗ ਗਿਆ ਕਿ ਇੱਥੇ ਸੁਰੱਖਿਅਤ ਬੰਦਾ ਕਿਹੜਾ ਯਾਰ ਤੂੰ ਵੱਡੀਆਂ ਵੱਡੀਆਂ ਗੱਲਾਂ ਕਰਦਾ ਤੈਨੂੰ ਆਪਣਾ ਕਿੰਨਾ ਫਿਕਰ ਆ ਕਿ ਮੇਰੇ ਘਰ ਵਾਲੀ ਕੋਲ ਬੱਚਾ ਹੋਣ ਨਾਲ ਤੂੰ ਗੱਲ ਕਰਦਾ ਠੀਕ ਹੈ ਭਾਈ ਅਸੀਂ ਵੀ ਕਹਿੰਦੇ ਹਾਂ ਤੰਦਰੁਸਤ ਬੱਚਾ ਹੋ ਗਿਆ ਸੀ ਇਨਸਾਨੀਅਤ ਦੇ ਖਿਲਾਫ ਨਹੀਂ ਤੇਰੇ ਵਰਗੇ ਨਹੀਂ ਆ ਤੈਨੂੰ ਕਿੰਨਾ ਫਿਕਰ ਆ ਸਟੇਜਾਂ ਦੇ ਉੱਤੇ ਚਾਹ ਕਿੰਨਾ ਤੈਨੂੰ ਵੀ ਮੇਰੇ ਘਰੇ ਪਰਿਵਾਰ ਦੇ ਵਿੱਚ ਨਵਾਂ ਜੀ ਆਉਣ ਵਾਲਾ ਤੇ ਆਹ ਕਿਸੇ ਦੀਆਂ ਭੈਣਾਂ ਨਹੀਂ ਆ ਕਿਸੇ ਦੀਆਂ ਕੁੜੀਆਂ ਨਹੀਂ ਜਿਨ੍ਹਾਂ ਦੇ ਅੱਜ ਤੂੰ ਜਨਮ ਢਾ ਰਿਹਾ ਉਹ ਵੀ 307 ਦਾ ਇਰਾਦਾ ਕਤਲ ਦਾ ਪਰਚਾ ਯਾਰ ਅਸੀਂ ਪੰਜਾਬ ਦਾ ਕੋਈ ਨੁਕਸਾਨ ਕਰ ਰਹੇ ਹਾਂ ਅਸੀਂ ਕੀ ਕਰ ਰਹੇ ਹਾਂ ਯਾਰ ਅਸੀਂ ਭਵੰਤ ਨੇ ਡਾਂਗ ਮਾਰੀ ਆ ਸਵਾਲ ਹੀ ਪੁੱਛ ਰਹੇ ਹਾਂ ਨਾ ਉਹ ਬਰਦਾਸ਼ਤ ਨਹੀਂ ਹੁੰਦੇ ਯਾਰ ਇਸ ਕਰਕੇ ਬਾਈ ਤੁਹਾਨੂੰ ਨੌਜਵਾਨ ਨੂੰ ਖਾਸ ਅਪੀਲ ਆ ਪੰਜਾਬ ਦੇ ਲੋਕੋ ਜੇ ਅੱਜ ਡਰ ਗਏ ਨਾ ਬਾਈ ਤਾਂ ਯਾਦ ਰੱਖਿਓ ਮੇਰਾ ਭਰਾ ਹੱਥ ਬੰਨਦਾ ਤੁਹਾਡੇ ਅੱਗੇ ਦੇਖਿਓ ਜੇ ਅੱਜ ਤੁਸੀਂ ਚੁੱਪ ਕਰਕੇ ਘਰਾਂ 'ਚ ਬਹਿ ਗਏ ਡਰ ਗਏ ਦਬ ਗਏ ਨਾ ਨਿਕਲੇ ਨਾ ਵਿਰੋਧ ਕੀਤਾ ਆਉਣਾ ਕੇਜਰੀਵਾਲ ਨੇ ਇੱਕ ਦੋ ਦਿਨਾਂ ਨੂੰ ਇੱਥੇ ਉਹਨੂੰ ਡਟ ਕੇ ਉਹਦਾ ਡਟ ਕੇ ਵਿਰੋਧ ਕਰਨਾ ਸੀ ਡਟ ਕੇ ਆਉਣਾ ਕੇਜਰੀਵਾਲ ਨੇ ਘੇਰਨਾ ਪੰਜਾਬ ਦੇ ਲੋਕ ਉੱਠ ਕੇ ਘੇਰਨਗੇ ਅਸੀਂ ਨੀ ਸਾਨੂੰ ਤਾਂ ਉਹਦਾ ਤੈਨੂੰ ਫੜ ਦੇਣ ਚੱਕ ਕੇ ਜੇਲ੍ਹ ਸਿੱਟ ਦੇਣ ਠੋਕਣ ਇਹ ਪੈਣਗੇ ਹਰ ਇੱਕ ਘਰ ਨੂੰ ਪੈਣਗੇ ਯਾਰ ਇਹ ਦੱਬਣਗੇ ਹਰ ਘਰ ਨੂੰ ਪੈਣ ਇਹੀ ਤਾਂ ਡਰ ਹੁੰਦਾ ਇਹ ਦਹਿਸ਼ਤ ਹੁੰਦੀ ਹੈ ਵੀ ਆਹ ਦੱਬ ਲੈ ਤੇ ਹੁਣ ਤੂੰ ਪੰਜਾਬ ਦੇ ਲੋਕ ਉਹ ਲੱਖਾਂ ਦੇ ਵੀ ਪਰਚਾ ਦੇਤਾ ਕੁੜੀਆਂ ਤੇ ਵੀ ਦੇਤਾ ਬਾਪੂ ਤੇ ਵੀ ਦੇਤਾ ਭਰਾ ਤੇ ਉਹ ਸਾਰੇ ਪਿੰਡ ਵਾਲੇ ਹੁਣ ਇਹੀ ਬੰਦੇ ਜਿਹੜੇ ਪਿੰਡ ਦੇ ਬੈਠੇ ਨੇ ਜਾਂ ਪੰਚਾਇਤ ਆ ਜਾਂ ਇਹੀ ਬੰਦੇ ਪੈਰਵਾਈ ਕਰ ਰਹੇ ਸੀ ਇਹੀ ਬੰਦੇ ਇਕੱਠ ਵੱਠ ਨੂੰ ਇਕੱਠਾ ਕਰਨਾ ਉਹਨਾਂ ਤੋਂ ਡਰ ਜਾਂਦਾ ਬੰਦਾ ਇਸ ਕਰਕੇ ਬਾਈ ਡਰਨ ਦੀ ਲੋੜ ਨਹੀਂ ਯਾਦ ਰੱਖਿਓ ਜੇ ਅੱਜ ਨਾ ਬਾਈ ਬੋਲੇ ਗੱਲ ਥੋੜੇ ਘਰਾਂ ਤੱਕ ਆਉਣੀ ਹੈ ਬਾਈ ਹਰ ਘਰ ਤੱਕ ਆਉਣੀ ਹੈ ਤੇ ਬਹੁਤ ਖਤਰਨਾਕ ਅਸੀਂ ਵਾਰ ਵਾਰ ਕਹਿੰਦੇ ਹੋ ਬੜਾ ਖਤਰਨਾਕ ਸਮਾਂ ਆਉਣ ਵਾਲਾ ਪੰਜਾਬ ਦੇ ਉੱਤੇ ਬਹੁਤ ਮਾੜੀਆਂ ਨੀਤੀਆਂ ਮਾੜੇ ਕਾਨੂੰਨ ਤੁਹਾਡੀਆਂ ਨਸਲਾਂ ਨੂੰ ਤਬਾਹ ਕਰਨ ਦੀਆਂ ਸਕੀਮਾਂ ਘੜੀ ਬੈਠੇ ਆ ਹੱਥ ਬਣਦਾ ਤੁਹਾਡੇ ਅੱਗੇ ਇਕੱਠੇ ਹੋ ਜਾਓ ਮੇਰੇ ਵੀਰ ਇਕੱਠੇ ਹੋ ਜਾਓ ਯਾਰ ਮਸਲਾ ਸਾਡਾ ਨਹੀਂ ਆ ਵੀ ਸਾਡੀ ਖਾਤਰ ਹੋਣਾ ਅਸੀਂ ਵੀ ਲੜਦੇ ਪੰਜਾਬ ਖਾਤਰ ਹੀ ਫਿਰਦੇ ਹਾਂ ਯਾਰ ਵੀ ਆਓ ਇਕੱਠੇ ਹੋ ਕੇ ਲੜਨਾ ਪੈਣਾ ਜਵਾਬ ਇੱਟ ਦਾ ਪੱਥਰ ਨਾ ਦੇਣਾ ਪੈਣਾ ਐਂ ਤਾਂ ਫਿਰ ਠੀਕ ਆ ਜੋ ਮਰਜ਼ੀ ਕਰਕੇ ਦੱਬ ਦੇਣਗੇ ਇਹ ਚੁੱਪ ਕਰ ਜਾਓ ਆਪਾਂ ਪਹਿਲਾਂ ਵੀ ਚੁੱਪ ਕਰਦੇ ਰਹੇ ਆਪਾਂ ਪਹਿਲਾਂ ਵੀ ਇਹੀ ਡਰ ਕੇ ਘਰਾਂ 'ਚ ਵੜ ਗਏ ਇੱਟ ਬੰਦ ਕਰਤੇ ਕੋਰਸਾਂ ਮੰਗਾ ਲਈਆਂ ਤੇ ਜਦੋਂ ਸਾਰਾ ਪੰਜਾਬ ਉੱਠਿਆ ਹੁੰਦਾ ਆਹ ਨੌਬਤ ਨਹੀਂ ਸੀ ਆਉਣੀ ਇਹਨੂੰ ਪੈ ਗਿਆ ਮੂੰਹ ਅਸਲ ਵੀ ਕੀ ਕਰ ਲਿਆ ਐਡਾ ਵੱਡਾ ਕੰਮ ਕਰਤਾ NSA ਲਾਤੀ ਚੱਕ ਕੇ ਅੰਦਰ ਸਿੱਟਤੇ ਕੇਸ ਵੀ ਨਹੀਂ ਕੋਈ ਚੱਲਣ ਦਿੱਤਾ ਸ਼ਰਿਆਮ ਸਿੱਧੂ ਮੂਸੇਵਾਲਾ ਮਰਵਾਇਆ ਅੱਜ ਭਵੰਤ ਦਾ ਬਿਲਕੁਲ ਮੀਡੀਆ ਸਲਾਹਕਾਰ ਸੱਜਾ ਹੱਥ ਹੈ ਬਲਤੇਜ ਪੰਨੂ ਜਿਹੜੇ ਬੰਦੇ ਨੇ ਉਹਦੀ ਸਿਕਿਉਰਿਟੀ ਪਹਿਲਾਂ ਸਰਕਾਰ ਨੇ ਵਾਪਸ ਲਈ ਤੇ ਉਸ ਬੰਦੇ ਨੇ ਸਿਕਿਉਰਿਟੀ ਦੀ ਖਬਰ ਮੀਡੀਆ ਦੇ ਵਿੱਚ ਫੈਲਾਈ ਸੀ ਤੇ ਨਾਲ ਦੀ ਨਾਲ ਦੁਸ਼ਮਣ ਨੇ ਲਾ ਕੇ ਅਟੈਕ ਉਹ ਮਾਰਤਾ ਸਾਡਾ ਉਹ ਜਿਹੜਾ ਸਦੀਆਂ ਬਾਅਦ ਇਹੋ ਜਿਹੇ ਬੰਦੇ ਪੈਦਾ ਹੁੰਦੇ ਨੇ ਉਹੋ ਜਿਹੇ ਬੰਦੇ ਨੇ ਮਰਵਾਏ ਆ ਯਾਰ